जी वाहिगुरु जी का खालसा वाहिगुरु जी की फतेह। तुसी देख रहे हो अकाल चैनल, आप जी का दास गुरप्रीत सिंह। एक होर खबर तुहाडे तक लैके आए हाँ। तुहानू पता है कि जिस तरीके कि गुरु तेग बहादुर खालसा कॉलेज में जिथे जो कल 5 तरीक नूं एक समागम जिहड़ा हो रहा सीगा, जिस दे विच 401वां प्रकाश पर्व जो कि मनाया जा रहा सीगा, अटकलां सीगियां कि उस दे विच एक पोस्टर जो बाहर आया सीगा जिस दे विच कि RSS संघ दे एक प्रचारक जिहड़े कि ज्वाइंट जिहड़े आ जनरल सैकटरी ने कृष्ण गोपाल, उन्होंने आना सीगा और लैक्चर देना सीगा, पर संगता में विरोध किया। अकाल चैनल ने भी यह खबर तुहाडे तक पहुँचाई सी और संगता के भारी रोष तो बाद जिहड़ा हैगा जो कि उस संघ प्रचारक की जिहड़ी हैगी विजिट, जिस तरीके जो स्टूडेंट दसदे कि कैंसल की गई, कॉलेज के प्रिंसीपल नाल भी उन्होंने गलबात हुई और बड़ा इस चीज़ को सस्पेंस रखा गया। पर जो उत्थे पहुंचे संघ प्रचारक नूं तां शायद रोक लिया गया, पर जिहड़ियां किताबां सीगी RSS दे संघ प्रचारकां दीआं ਉਹਨਾਂ ਨੂੰ ਨਹੀਂ ਰੋਕਿਆ ਗਿਆ। ਜਲਦਬਾਜ਼ੀ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਸ਼ਾਇਦ ਉਹ ਕਿਤਾਬਾਂ ਦਾ ਸਟਾਲ ਜਿਹੜਾ ਤੈਅ ਸੀਗਾ ਉਹ ਉੱਥੇ ਪਹੁੰਚ ਗਿਆ। ਹੁਣ ਜਦੋਂ ਇੱਕ ਵੀਰ ਨੇ ਜਦੋਂ ਉੱਥੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜੀ ਕਾਲਜ ਦੇ ਜਿਹੜੇ ਜਿਹੜੇ ਡਾਇਰੈਕਟਰ ਨੇ ਉਹਨਾਂ ਦੇ ਨਾਲ, ਜੇ ਹੁਣ ਸਾਡੇ ਜਿਹੜੇ ਡਾਇਰੈਕਟਰ ਨੇ ਉਹਨਾਂ ਦੇ ਨਾਲ ਪਰਮਿਸ਼ਨ ਲੈ ਕੇ ਜਿਹੜੀ ਹੈਗੀ ਹੈ ਕਿਤਾਬਾਂ ਲਗਾਈ ਜਾ ਰਹੀਆਂ। ਔਰ ਇਸ ਦੇ ਵਿੱਚ ਤੁਸੀਂ ਦੇਖੋਗੇ ਕਿ ਸੰਘ ਦੀਆਂ RSS ਦੇ ਜਿਹੜੇ ਪ੍ਰਚਾਰਕ ਉਹਨਾਂ ਦਾ ਜਿਹੜਾ ਸੀਗਾ ਉਹਨਾਂ ਦੀ ਕਿਤਾਬਾਂ, ਜਿਸ ਤਰ੍ਹਾਂ ਵੀਰ ਸਾਵਰਕਰ ਦੀਆਂ ਕਿਤਾਬਾਂ ਖਾਲਸਾ ਕਾਲਜ ਦੇ ਵਿੱਚ ਵਿਕਰੀਆਂ ਸੀਗੀਆਂ, ਜਗੇ ਧਰਮ ਹਿੰਦੂ ਇਸ ਤਰੀਕੇ ਦੀਆਂ ਕਿਤਾਬਾਂ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਉਹ ਖਾਲਸਾ ਕਾਲਜ ਦੇ ਵਿੱਚ, ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਵਿੱਚ ਵਿਕਦੀਆਂ ਸਾਫ ਸਾਫ ਨਜ਼ਰ ਆਈਆਂ। ਔਰ ਜਦੋਂ ਉੱਥੇ ਇੱਕ ਵੀਰ ਨੇ ਉਹਨਾਂ ਤੋਂ ਪੁੱਛਿਆ ਤਾਂ ਉਹਨਾਂ ਨੂੰ ਕਿਹਾ ਵੀ ਗਿਆ ਕਿ ਜੀ ਇਹ ਬਿਲਕੁਲ ਇਹ ਸਟਾਲ ਲੱਗਦਾ ਪਿਆ ਹੈਗਾ, ਔਰ ਉਹਨਾਂ ਨੇ ਇਸ ਗੱਲ ਨੂੰ ਮੰਨਿਆ ਕਿ RSS ਦੀਆਂ ਕਿਤਾਬਾਂ ਨੇ। ਆਓ ਤੁਹਾਨੂੰ ਵੀਡੀਓ ਦਿਖਾਉਂਦੇ ਜਿਹਦੇ ਵਿੱਚ ਉਹ ਸਾਰੀ ਗੱਲਬਾਤ ਹੋਈ ਹੈ। सर मैं पूछ रहा था कि यहाँ पे जैसे ये किताबें लगाई हैं आपने तो इसकी परमिशन हमारे ऑफिस से, हमें तो परमिशन लिए, उन्होंने क्या बात की है, किन से बात हुई होगी? हमारे को जानकारी नहीं, हमारे ऑफिस से हमारे सर हैं रजनी जी, उन्होंने बात की होगी। अच्छा, नहीं यहाँ पे किसी से तो बात हुई होगी, हमें पता नहीं है। अच्छा, तो यहाँ फर्स्ट टाइम आए हो, पहले भी लगाई है कभी? नहीं मैं तो फर्स्ट टाइम आया हूँ। ਤੁਹਾਡੇ ਸਾਹਮਣੇ ਦੇਖ ਸਕਦੇ ਹੋ ਕਿ ਜਦੋਂ ਸ਼ਾਇਦ ਹੋ ਸਕਦਾ ਕਿ ਸੰਘ ਪ੍ਰਚਾਰਕ ਨੂੰ ਤਾਂ ਫੋਨ ਕਰਕੇ ਮਨਾ ਕਰ ਦਿੱਤਾ ਗਿਆ ਹੋਵੇ, ਪਰ ਹੋਰ ਕਈ ਅਰੇਂਜਮੈਂਟਸ ਵੀ ਸੀਗੇ ਇਸ ਪੂਰੇ ਪ੍ਰੋਗਰਾਮ ਦੇ ਵਿੱਚ, ਜਿਹੜਾ ਕਿ ਕਈ ਹੋਰ ਚੀਜ਼ਾਂ ਵੀ ਇੱਥੇ ਹੋਣੀਆਂ ਸੀਗੀਆਂ, ਪਰ ਜਿਹੜੀ ਕਿਤਾਬਾਂ ਦਾ ਸਟਾਲ ਸੀਗਾ ਸ਼ਾਇਦ ਉਸ ਨੂੰ ਜਿਹੜਾ ਹੈਗਾ ਜਲਦਬਾਜ਼ੀ ਦੇ ਵਿੱਚ ਮਨਾ ਕਰਨਾ ਸ਼ਾਇਦ ਹੋ ਸਕਦਾ ਹੈ ਕਿ ਪ੍ਰਬੰਧਕ ਭੁੱਲ ਗਏ ਹੋਣ, ਕਿਉਂਕਿ ਬੱਚਿਆਂ ਨੇ ਦਾਅਵਾ ਕੀਤਾ ਕਿ ਉਹ ਪ੍ਰੋਗਰਾਮ ਜਿਹੜਾ ਹੈਗਾ ਉਸ ਦੇ ਵਿੱਚ ਗੁਪਤ ਰੱਖਿਆ ਗਿਆ ਸੀਗਾ, ਕੁਝ ਦੱਸਿਆ ਨਹੀਂ ਸੀ ਜਾ ਰਿਹਾ। ਔਰ ਜਦੋਂ ਇਸ ਗੱਲ ਦਾ ਬੱਚਿਆਂ ਨੂੰ ਪਤਾ ਲੱਗਿਆ ਤਾਂ ਬੱਚਿਆਂ ਨੇ ਜਿਹੜਾ ਹੈਗਾ ਇੱਕ ਤੇਗ ਜੋ ਕਿ ਇੱਕ ਅਕੈਡਮੀ ਹੈਗੀ ਹੈ ਉਹਨਾਂ ਵੱਲੋਂ ਜਿਹੜਾ ਹੈਗਾ ਇਸ ਗੱਲ ਦਾ ਵਿਰੋਧ ਕੀਤਾ ਗਿਆ, ਅਤੇ ਉਹਨਾਂ ਨੇ ਜਦੋਂ ਪ੍ਰਿੰਸੀਪਲ ਸਾਹਿਬਾਨ ਨਾਲ ਗੱਲ ਕੀਤੀ ਔਰ ਉਹਨਾਂ ਨੇ ਕਿਹਾ ਕਿ ਸੰਘ ਪ੍ਰਚਾਰਕ ਦਾ ਸਾਨੂੰ ਪਤਾ ਲੱਗਿਆ ਸੋ ਉਹ ਨਹੀਂ ਆਉਣਾ ਚਾਹੀਦਾ। ਔਰ ਉਸ ਤੋਂ ਬਾਅਦ ਇੱਕ ਵੀਡੀਓ ਵੀ ਸਾਹਮਣੇ ਆਈ ਕਿ ਜਦੋਂ ਜਿਹੜੇ ਕਾਲਜ ਦੇ ਚੇਅਰਮੈਨ ਤਰਲੋਚਨ ਸਿੰਘ ਜੀ ਨੂੰ, ਸਰਦਾਰ ਤਰਲੋਚਨ ਸਿੰਘ ਜੀ ਜਿਹੜੇ XMP ਰਹੇ ਨੇ, ਉਹਨਾਂ ਨੂੰ ਘੇਰਿਆ ਵੀ ਗਿਆ, ਉਹਨਾਂ ਨੂੰ ਜਿਹੜਾ ਹੈਗਾ ਜੋ ਕਿ ਜਦੋਂ ਬੱਚੇ ਸੀਗੇ ਜਦੋਂ ਮੋਹਨ ਭਾਗਵਤ ਦਾ ਨਾਂ ਲੈਂਦੇ ਨੇ ਸਪੀਚ ਦੇ ਵਿੱਚ ਤਾਂ ਉਸ ਬਾਰੇ ਉਹਨਾਂ ਤੋਂ ਬੱਚੇ ਸਵਾਲ ਕਰਦੇ ਵੀ ਨਜ਼ਰ ਆਏ। ਸੋ RSS ਦੀਆਂ ਕਿਤਾਬਾਂ ਦਾ ਜੋ ਕਿ ਦਿੱਲੀ ਦੇ ਖਾਲਸਾ ਕਾਲਜ ਦਾ ਵਿੱਚ ਵਿਕਣਾ ਔਰ ਖਾਲਸਾ ਕਾਲਜ ਔਰ ਇੱਕ ਜਿਹੜਾ ਹੈਗਾ ਉੱਥੇ ਵੇਚਿਆ ਜਾਣਾ, ਔਰ ਕਈ ਕਿਤਾਬਾਂ ਕੰਪਲੀਮੈਂਟਰੀ ਸੀਗੀਆਂ, ਦੱਸਿਆ ਜਾ ਰਿਹਾ ਹੈਗਾ ਕੁਝ ਕਿਤਾਬਾਂ ਫਰੀ ਸੀਗੀਆਂ ਔਰ ਕੁਝ ਕਿਤਾਬਾਂ ਵੇਚੀਆਂ ਜਾ ਰਹੀਆਂ ਸੀਗੀਆਂ। ਸੋ ਕਿਤਾਬਾਂ ਦੇ ਵਿੱਚ ਕੀ ਕੰਟੈਂਟ ਸੀਗਾ, ਉੱਥੇ ਸਾਵਰਕਰ ਦੀ ਕਿਤਾਬ ਸੀਗੀ, ਉੱਥੇ ਜਿਹੜਾ ਹੈਗਾ ਸਿੱਖ ਇਤਿਹਾਸ ਦੀ ਕਿਤਾਬਾਂ ਜ਼ਰੂਰ ਦੇਖੀਆਂ, ਉਹਨਾਂ 'ਤੇ ਸਾਨੂੰ ਗੁਰੂ ਸਾਹਿਬ ਦੀਆਂ ਤਸਵੀਰਾਂ ਇਤਿਹਾਸ ਦੀਆਂ ਜ਼ਰੂਰ ਦੇਖਣ ਨੂੰ ਮਿਲੀਆਂ, ਪਰ ਉਹਨਾਂ 'ਤੇ ਜੋ ਰਾਈਟਰ ਸੀਗੇ ਉਹ ਜਿਹੜੇ ਸੀਗੇ ਉਹ RSS ਦੇ ਪ੍ਰਚਾਰਕ ਸੀਗੇ ਜਾਂ ਇੱਕ ਨੋਨ ਸਿੱਖ ਜਿਹੜੇ ਕਿ ਸਿੱਖ ਵਿਦਵਾਨ ਉਹਦੇ ਵਿੱਚ ਨਹੀਂ ਸੀਗੇ। ਸੋ ਕਿਤਾਬਾਂ ਜਿਹੜੀਆਂ ਉੱਥੇ ਵਿਕੀਆਂ ਜਾ ਰਹੀਆਂ ਸੀਗੀਆਂ, ਜਿਸ ਤਰੀਕੇ ਜਗੇ ਧਰਮ ਹਿੰਦੂ ਇਹ ਕਿਤਾਬਾਂ ਸੀਗੀਆਂ, ਔਰ ਉਸ ਤੋਂ ਇਲਾਵਾ ਉੱਥੇ ਜਿਹੜਾ ਹੈਗਾ ਵੀਰ ਸਾਵਰਕਰ ਦੀਆਂ ਕਈ ਹੋਰ ਕਿਤਾਬਾਂ ਜੋ ਕਿ RSS ਦੀ ਪਬਲੀਕੇਸ਼ਨ ਉਹਨਾਂ 'ਤੇ ਲਿਖੀ ਹੋਈ ਸੀਗੀ, ਔਰ ਕਹਿ ਦਈਏ ਤਾਂ ਉੱਥੇ ਜਿਹੜੇ ਉਹ ਸੇਲਸਮੈਨ ਖੜ੍ਹੇ ਸੀਗੇ ਉਹਨਾਂ ਵੱਲੋਂ ਵੀ ਇਹ ਗੱਲ ਨੂੰ ਅਸੈਪਟ ਕੀਤਾ ਗਿਆ ਕਿ ਇਹ ਸੰਘ ਦੀਆਂ ਕਿਤਾਬਾਂ ਨੇ। ਸੋ ਇਸ 'ਤੇ ਸਵਾਲ ਬਣਦਾ ਕਿ RSS ਦੀ ਕਿਤਾਬਾਂ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਅਧੀਨ ਪ੍ਰਬੰਧਾਂ ਦੇ ਅਧੀਨ ਚੱਲਦੇ ਜਿਹੜੇ ਕਿ ਗੁਰੂ ਘਰਾਂ ਦੇ ਜਿਹੜੇ ਨਿਯਮਾਂ ਦੇ ਜੇ ਕਿ
मर्यादा दे अंदर चलते जिहड़े कॉलेजेस हैगे आ उहदे विच क्यों विकदियां नज़र आ रही ने। सो इस गल तो तुहानू भी असी एक चैनल के माध्यम तो राही सुचेत भी करा रहे हैं। सो जरूर जे तुसी इहो जी कोई किताबां भी वेखदे हो तो जरूर उहदे राइटर जिहड़े हैगे जरूर पढ़िया करो कि उह किहदे वल्लों लिखी गई हैगी आ। सो कुछ वीरां वल्लों किताबां खरीदियां भी गईआं। सो जिहड़े कुछ प्रसज्जन उत्थे आया सीगियां होर उहनां दे विच जिहड़ा हैगा किस तरीके दा कंटेंट हैगा उहदे बारे भी जल्द जिहड़ा हैगा तुहाडे तक जरूर असीं रोशनी पावांगे। इसे तरीके हर अपडेट नाल जोड़दे रहांगे। तुसीं देखदे रहो अकाल चैनल। अकाल चैनल नूं सबस्क्राइब करो। नवी वीडियोज़ दी नोटिफिकेशन दे लई बैल आइकन नूं क्लिक करना ना भुलना। बोला।